वाहिगुरु जी का खालसा, वाहिगुरु जी की फतेह जी। ये भगत पूरन सिंह सेवा सोसाइटी वाले वीर साडे गुर ध्यान सिंह राणे वीर उन्हां ने अज एक वीर दी सेवा कर रहे ने। वीर अपने एरिए च, वीर होने हरियाणा उत्थों फिरोजपुर तो नाल पिंड आ पीरू वाला, उत्थों वीर होनी इस बख्त की मार चल रहे वीर नूं लैके आए ने। पिछले 3 साढ़े 3 महीनों तो घरे पिया, जख्म असीं तुहानूं दिखा नहीं सकते, एडे वड्डे जख्म आ बाई दे। बैक साइड ते एड्डी वड्डी बैड सोल हो गई आ वी जिहड़ा अपना चूला हुंदा ना, चूले की हड्डी बाहर दिखाई दिंदी है सारी। ਤੁਸੀਂ ਮਾਤਾ ਜੀ ਆ ਜਾਓ, ਕੀ ਹੋਇਆ ਸੀ ਮਾਤਾ ਜੀ ਨੂੰ? ਕਿੰਨਾ ਟਾਈਮ ਹੋ ਗਿਆ ਮਾਤਾ? 3 ਮਹੀਨੇ ਹੋ ਗਏ। ਜਿਹਦੇ ਕੰਮ ਤੇ ਗਿਆ ਸੀ ਉਹਨਾਂ ਨੇ ਕਰਾਇਆ ਇਲਾਜ ਕੋਈ ਕਿ ਨਹੀਂ? ਪਹੁੰਚਿਆ ਜੀ ਫਿਰੋਜ਼ਪੁਰ ਦੇ ਨਾਲ ਹੀ ਇਹ ਹੈ ਜੀ ਪੀਰੂ ਵਾਲਾ ਪਿੰਡ ਆ ਜਿੱਥੇ ਇਹ ਵੀਰ ਪਿਆ ਵਿਕਰਮ ਆ। 3 ਮਹੀਨੇ ਪਹਿਲਾਂ ਇਹ ਵੀਰ ਦੇ ਛੱਤ ਤੋਂ ਡਿੱਗਣ ਕਾਰਨ ਸੱਟ ਲੱਗ ਗਈ ਸੀ। ਇਹ ਪਰਿਵਾਰ ਦੇ ਹਾਲਾਤ ਆ। ਤੁਸੀਂ ਇਹ ਇਹਦਾ ਕਮਰਾ ਇੱਕ ਹੀ ਕਮਰਾ ਇਹਦਾ। ਆ ਜਾਓ ਮਾਤਾ ਜੀ ਇੱਧਰ, ਪੱਤੀ ਇੱਥੇ ਆ ਜਾ ਤੂੰ। ਇਹ ਮਾਤਾ ਜੀ ਆ ਜੀ, ਇਹਨਾਂ ਮਾਤਾ ਜੀ ਦੇ ਹੰਝੂ ਤੁਹਾਨੂੰ ਦੱਸ ਹੀ ਦਿੰਦੇ ਤਾਂ ਦਿਖਾਈ ਦੇ ਹੀ ਰਿਹਾ ਵੀ ਕਿੰਨਾ ਹਾਲਾਤਾਂ 'ਚ ਆ। ਇਹ ਛੋਟੀ ਜਿਹੀ ਗੁੜੀਆ ਇਹ ਵੀਰ ਦੇ ਪੱਟੀਆਂ ਕਰਦੀ ਹੈ ਜੀ। ਆਹ ਦੇਖੋ ਵੀਰ ਦੇ ਹਾਲਾਤ, ਆਹ ਦੇਖੋ ਖੱਪੇ ਖੁੱਲੇ ਪਏ ਆ ਜੀ, ਕੀੜੇ ਪਏ ਪਏ ਆ। ਆਹ ਦੇਖ ਲਓ ਜੀ, ਬਹੁਤ ਮਾੜੇ ਹਾਲਾਤ ਆ ਜੀ। ਇਹ ਨਿੱਕੀ ਜਿਹੀ ਗੁੜੀਆ ਜੈਸਮੀਨ ਪੱਟੀਆਂ ਕਰਦੀ ਹੈ ਜਾਂ ਇਹ ਮਾਤਾ ਪੱਟੀਆਂ ਕਰਦੀ ਹੈ, ਸਿਰਫ ਪੱਟੀਆਂ ਹੀ ਕਰ ਰਹੇ, ਹੋਰ ਕੋਈ ਟ੍ਰੀਟਮੈਂਟ ਨਹੀਂ। ਕਿਤੇ ਹੋਸਪਿਟਲ ਨਹੀਂ ਲੈ ਗਏ ਕਿਉਂਕਿ ਵਿਚਾਰਿਆਂ ਕੋਲ ਇੱਧਰ ਨਹੀਂ ਲਿਆ। ਵਿਕਰਮ ਵੀਰੇ, ਕਿੰਨਾ ਚਿਰ ਹੋ ਗਿਆ ਤੇਰੇ ਸੱਟ ਵੱਜੀ ਨੂੰ? 3 ਮਹੀਨੇ ਹੋ ਗਏ। 3 ਮਹੀਨਿਆਂ ਤੋਂ ਕਿਸੇ ਹੋਸਪਿਟਲ ਨਹੀਂ ਗਏ? ਕਿੰਨਾ ਕੁ ਦਰਦ ਹੁੰਦਾ ਇੱਥੇ? ਬਹੁਤ ਦਰਦ ਹੁੰਦਾ। ਸੱਟ ਕਿਵੇਂ ਲੱਗ ਗਈ ਸੀ ਤੇਰੇ? ਛੱਤ ਤੋਂ ਡਿੱਗ ਪਿਆ ਸੀ। ਕਿਵੇਂ, ਪੌੜੀ ਪੌੜੀ ਟੁੱਟ ਗਈ ਸੀ? ਅੱਛਾ, ਪੈਰ ਟੁੱਟ ਗਈ ਸੀ। ਪੈਰ ਟੁੱਟਣ ਦੇ ਕਾਰਨ ਥੱਲੇ ਡਿੱਗ ਪਿਆ ਸੀ। ਢੂਈ ਵੱਜ ਗਈ ਸੀ ਥੱਲੇ? ਅੱਛਾ, ਪਰਲੇ ਪਾਸੇ ਉੱਧਰ ਵੀ ਜ਼ਖਮ ਹੈਗਾ ਤੇ ਇੱਧਰ ਵੀ ਜ਼ਖਮ ਆ। ਤੇ ਫਿਰ ਤੇਰੇ ਇਹ ਪੱਟੀਆਂ ਮਾਤਾ ਜੀ ਇਹ ਕਰਦੇ? ਮਾਤਾ ਹੀ ਕਰਦੇ ਆ? ਮਾਤਾ ਹੋਰ ਹੋਸਪਿਟਲ ਨਹੀਂ ਲੈ ਗਿਆ ਕਿਤੇ ਵੀ? ਹੈਂ, ਵਾਹਿਗੁਰੂ। ਕੋਈ ਨਹੀਂ ਬਾਈ, ਤੈਨੂੰ ਅਸੀਂ ਬਾਈ ਗੁਰਪ੍ਰੀਤ ਨੇ ਭੇਜਿਆ ਸਾਨੂੰ ਲੁਧਿਆਣੇ ਤੋਂ। ਸਾਡੀ ਡਿਊਟੀ ਲਾਈ ਆ ਵੀ ਉਹ ਬਾਈ ਵਿਕਰਮ ਨੂੰ ਲੈ ਕੇ ਆਓ ਇੱਥੇ, ਅਸੀਂ ਤੈਨੂੰ ਉੱਥੇ ਆਪਣੇ ਕੋਲ ਲੈ ਕੇ ਜਾਵਾਂਗੇ। ਉੱਥੇ ਤੇਰਾ ਜਿੰਨੇ ਜੋਗੇ ਇਲਾਜ ਕਰਾਵਾਂਗੇ, ਤੇਰੀ ਮਾਤਾ ਨੂੰ ਤੇਰੀ ਗੁੜੀਆ ਨੂੰ ਵੀ ਨਾਲ ਲੈ ਕੇ ਜਾਵਾਂਗੇ ਅਸੀਂ ਹੁਣ, ਠੀਕ ਆ? ਬਾਈ ਜੀ ਬਹੁਤ ਮਾੜੇ ਹਾਲਾਤ ਆ ਜੀ ਇਹ ਪਰਿਵਾਰ। ਬਾਈ ਜੀ ਕਿੰਨਾ ਇਹ ਵੀਰ ਕੰਮ ਹੀ ਕਰਦਾ ਸੀ? ਕਿੱਥੇ ਦਿਹਾੜੀ ਕਿੱਥੇ ਕਰਦਾ ਸੀ ਤੁਹਾਨੂੰ ਪਤਾ ਕੁਛ? ਇਸ ਤਰ੍ਹਾਂ ਜੀ ਇੱਥੇ ਮਿਲ ਗਈ ਜੀ, ਕਿਤੇ ਪਿੰਡ ਮਿਲ ਗਈ, ਕਦੀ ਸ਼ਹਿਰ ਮਿਲ ਗਈ ਜੀ, ਜਿੱਥੇ ਮਿਲ ਗਈ। ਕਪੈਨ ਦਾ ਡਰਾਈਵਰ ਸੀ? ਅੱਛਾ, ਡਰਾਈਵਰ ਸੀ। ਹਾਂਜੀ, ਕਪੈਨ ਦਾ ਡਰਾਈਵਰ ਸੀ ਜੀ। ਸੀਜ਼ਨ ਲਾ ਕੇ ਮਰੂ ਦਿਹਾੜੀ ਤੇ ਭਾਅ ਉਹਦਾ ਕਰਦੇ ਸੀ ਜੀ। ਕਿਹੜਾ ਜ਼ਮੀਨ ਦਾ ਤਾਂ ਕੁਛ ਹੈ ਨਹੀਂ ਯਾਰ, ਇਹ ਕੁਛ ਹੈਗਾ ਜੀ ਤੇ ਆਪਦਾ ਘਰ ਕੇ ਖਾਂਦੇ ਜੀ। ਤੁਹਾਡੇ ਸਾਹਮਣੇ ਜੋ ਕੁਛ ਹੈਗਾ। ਤੇ ਇਹਨਾਂ ਦੇ ਫਾਦਰ ਸਾਹਿਬ ਜੀ ਕਿੰਨਾ ਚਿਰ ਪਹਿਲਾਂ? ਇਹ ਛੋਟੇ ਛੋਟੇ ਸੀ ਜਦ ਡੈਥ ਹੋ ਗਈ ਹੈ ਜੀ। ਛੋਟੇ ਛੋਟੇ ਸੀ ਜਦ ਡੈਥ ਹੋ ਗਈ ਸੀ। ਇਹ ਮੁੰਡੇ ਨੂੰ ਤਾਂ ਮਾੜੀ ਮੋਟੀ ਸ਼ਾਇਦ ਇਹਨੂੰ ਸੁੱਤ ਹੋਵੇ, ਜਾਂ ਇਹ ਭੈਣ ਨੂੰ ਸੁੱਤ ਹੋਵੇ, ਬਾਕੀ ਦੂਜਿਆਂ ਨੂੰ ਪਤਾ ਹੀ ਨਹੀਂ। ਇਹ ਕਿੰਨੇ ਭੈਣ ਭਰਾ? ਇਹ 3 ਭਰਾ ਨੇ। 3 ਭਰਾ ਨੇ, ਦੂਜੇ ਅਲੱਗ ਅਲੱਗ ਆ? ਅੱਛਾ, ਦੂਜਾ ਅਲੱਗ ਆ ਬਾਈ। ਦਿਹਾੜੀ ਕਰਕੇ 300 ਰੁਪਇਆ ਲਿਆਊਗਾ ਤੇ ਆਪਦਾ ਵੀ ਖਰਚਾ ਉਹਨੇ ਚਲਾਉਣਾ, ਫਿਰ ਕਿੱਥੋਂ ਚੱਲਦਾ ਹੀ ਨੀ ਕਿਸੇ। 3-4 ਫੁੱਟ ਬਾਅਦ ਦਿਹਾੜੀ ਹੈ ਨੀ। ਚਲੋ ਕੋਈ ਨੀ ਜੀ, ਅਸੀਂ ਲੈ ਕੇ ਜਾਂਦੇ ਅੱਜ ਨਾਲ। ਵਾਹਿਗੁਰੂ ਮਿਹਰ ਕਰੇ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਹੋ ਗਿਆ ਨਾ। ਅੱਜ ਵੀਰ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਹਾਂ ਜੀ ਲੁਧਿਆਣੇ, ਬਾਈ ਗੁਰਪ੍ਰੀਤ ਉਹਨਾਂ ਕੋਲ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ, ਉੱਥੇ ਵੀਰ ਨੂੰ ਇਲਾਜ ਵਾਸਤੇ ਲੈ ਕੇ ਚੱਲੇ ਹਾਂ। ਅਤੇ
ਘਰ ਦੇ ਵਿੱਚ ਬਿਨਾਂ ਇਲਾਜ ਤੋਂ ਵੀਰ ਪਿਆ ਸੀ, ਤੁਸੀਂ ਤੁਹਾਨੂੰ ਪਤਾ ਹੀ ਹੈ, ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਗੁਰਧਿਆਨ ਸਿੰਘ ਰਾਣੇ ਵੀਰ ਹੁਣੀ, ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਤੋਂ ਵੀਰ, ਇਸ ਵੀਰ ਨੂੰ ਇੱਕ ਨੂੰ ਸਾਡੇ ਕੋਲ ਲੈ ਕੇ ਆਏ ਨੇ। ਇਹ ਵੀਰ ਦੇ ਬੈਕ ਸਾਈਡ ਤੇ ਬਹੁਤ ਵੱਡੇ ਵੱਡੇ ਜ਼ਖਮ ਆ, ਪਿੱਛੋਂ ਚੂਲੇ ਦੀਆਂ ਹੱਡੀਆਂ ਤੱਕ ਨਜ਼ਰ ਆ ਰਹੀਆਂ। ਬਾਈ ਜੀ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਪੀਰੂ ਵਾਲਾ, ਉੱਥੋਂ ਇਸ ਵੀਰ ਨੂੰ ਲੈ ਕੇ ਆਏ ਨੇ ਗੁਰਧਿਆਨ ਹੁਣੀ। ਤੇ ਗੁਰਧਿਆਨ ਹੁਣਾਂ ਦੇ ਇਹ ਸੇਵਾ ਨੂੰ ਵੀ ਸਦਕੇ ਜਾਈਏ, ਮਨਦੀਪ ਆ, ਗੁਰਧਿਆਨ ਆ, ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਤੋਂ ਵੀਰ ਆਏ ਨੇ। ਅੱਜ ਮੀਂਹ ਵਰ ਰਿਹਾ ਪੂਰਾ, ਇਸ ਵਰਦੇ ਮੀਂਹ ਦੇ ਵਿੱਚ ਖੁੱਲੀ ਓਪਨ ਗੱਡੀ ਆ, ਇੱਕ ਬੁੱਢੀ ਮਾਂ ਵਿਚਾਰੀ, ਆ ਜਾ ਮਾਂ ਥੱਲੇ ਉਤਰਿਆ, ਆ ਜਾ, ਇਸ ਵੀਰ ਦੀ ਮਾਂ ਤੇ ਇਹਦੀ ਧੀ ਜੈਸਮੀਨ ਕੌਰ, ਇਹਦੇ ਲਾੜੇ ਕੋਲ ਇੱਥੇ ਰੱਖ ਲਓ ਪੈਰ ਮਾਂ, ਇਹ ਦੋਨੋਂ ਦਾਦੀ ਪੋਤੀ। ਹਾਂ ਪੁੱਤ ਕਿਵੇਂ ਆ, ਤੀਜੀ ਕਲਾਸ 'ਚ ਪੜ੍ਹਦੀ ਆ ਤੂੰ? ਕੋਈ ਨਾ ਪੁੱਤ, ਪਾਪਾ ਨੇ ਠੀਕ ਹੋ ਜਾਣਾ। ਪਾਪਾ ਵਾ ਤੇਰੇ, ਡੈਡੀ ਕਹਿੰਦੇ ਕਿ ਪਾਪਾ, ਡੈਡੀ ਕਹਿੰਦੇ ਨੀ, ਡੈਡੀ ਨੇ ਪੁੱਤ ਠੀਕ ਹੋ ਜਾਣਾ ਜਮਾ। ਅੱਛਾ ਫਿਕਰ ਨਾ ਕਰ ਤੂੰ ਜਮਾ, ਠੀਕ ਆ, ਕੋਈ ਨਾ ਮਾਂ ਪਿਆ ਰਹਿੰਦੇ, ਚੱਕ ਲੈਂਦੇ ਆਪਾਂ, ਕੋਈ ਨਾ ਚੱਕ ਲੈਂਦੇ, ਪਿਆ ਰਹਿੰਦੇ ਮਾਂ। ਇੱਥੇ ਹੀ ਗੱਡੀ ਹਜੇ, ਤੁਸੀਂ ਆ ਜਾਓ ਉਰੇ, ਇੱਥੇ ਆ ਜਾਓ ਮੇਰੇ ਕੋਲ, ਇੱਥੇ ਰੱਖ ਦਿਓ ਇਹ ਕੱਪੜੇ, ਉੱਥੇ ਕਰਕੇ ਰੱਖ ਦੇ ਮਾਂ, ਉਦੋਂ ਦੇਵਾਂਗੇ ਕੰਬਲ ਕੁੰਬਲ ਨਵੇਂ ਮਿਲ ਜਾਣੇ ਮਾਂ ਸਾਰੇ। ਮਾਂ ਜਿੱਦਣ ਇਹ ਵੀਰ ਦੇ ਸੱਟ ਲੱਗੀ ਆ, ਤੁਹਾਡੇ ਪਹਿਲਾਂ ਤਾਂ ਪੁੱਤ ਕਿੰਨੇ ਆ ਮਾਂ, ਕਿੰਨੇ ਬੱਚੇ ਆ? ਦੋ ਕਾਕੇ ਆ ਤੇ ਇੱਕ ਗੁੱਡੀ। ਅੱਛਾ ਗੁੱਡੀ ਵਿਆਹੀ ਹੋਈ ਆ ਤੇ ਕਾਕੇ ਵੀ ਦੋਨੇ ਵਿਆਹੇ ਹੋਏ ਆ? ਦੂਜਾ ਮੁੰਡਾ ਕਿੱਥੇ ਆ? ਦੂਜਾ ਆਪਦੇ ਘਰ ਵਾਲਾ ਵੱਖਰਾ ਹੈ। ਅੱਛਾ ਉਹ ਅੱਡ ਪਿੰਡ ਆ, ਇਹ ਤੁਸੀਂ ਇਹਦੇ ਨਾਲ ਹੋ, ਠੀਕ ਆ ਮਾਂ। ਤੇ ਮਾਂ ਜਦੋਂ ਇਹਦੇ ਸੱਟ ਲੱਗੀ, ਕੀ ਨਾਮ ਵੀਰੇ ਤੇਰਾ? ਬਿੱਕਰ ਸਿੰਘ। ਮਾਂ ਜਦੋਂ ਬਿੱਕਰ ਸਿੰਘ ਨੇ ਸੱਟ ਲੱਗੀ ਹੈ, ਕਿੱਥੇ ਸੀ ਉਦਣ? ਥੱਲੇ ਪੱਠ ਵੱਜੀ ਆ ਕੇ ਥੱਲੇ ਆ ਪਾਸੇ ਥੱਲੇ ਵੱਜਿਆ? ਜਗਮ ਸਾਹਿਬ ਦੂਜੇ ਪਾਸੇ ਆ। ਅੱਛਾ ਉਧਰਲੇ ਪਾਸੇ ਪਿਆ ਰਿਹਾ, ਉਧਰ ਹੀ ਤੈਨੂੰ ਲੱਤਾਂ ਮਹਿਸੂਸ ਹੋਣ ਹਟ ਗਈਆਂ ਸੀ ਨਾਲੋਂ? ਉਦੋਂ ਹੀ ਹੈ, ਲੱਗੀਆਂ ਹੀ ਨੀ ਮੁੜ ਕੇ ਲੱਤਾਂ, ਚੁੱਕਦੇ ਰਹੇ ਨੱਠਣੀਆਂ, ਬਸ ਐਂ ਹੀ ਹੋ ਗਈਆਂ, ਡਿੱਗ ਪੈਣੀਆਂ ਲੱਤਾਂ ਥੱਲੇ। ਕਿੰਨਾ ਟਾਈਮ ਹੋ ਗਿਆ ਸੱਟ ਲੱਗੀ ਨੂੰ ਬਾਈ? ਤੀਜਾ ਮਹੀਨਾ ਲੱਗ ਗਿਆ, ਤਿੰਨ ਮਹੀਨੇ ਹੋ ਗਏ ਨੇ। ਚੌਥਾ ਮਹੀਨਾ ਲੱਗ ਗਿਆ, ਚੌਥਾ ਲੱਗ ਗਿਆ। ਮਾਂ ਤੁਹਾਡਾ ਕੀ ਨਾਂ? ਮੇਰਾ ਨਾਂ ਨਿੰਦਰ। ਨਿੰਦਰ ਇਹਦੇ ਪਿਤਾ ਜੀ ਕਿੱਥੇ ਆ? ਬਾਪ ਇਹਦਾ ਪੂਰਾ ਆ, ਹੈ ਨੀ ਗਏ ਉਹ? ਕਿੰਨਾ ਕੁ ਟਾਈਮ ਹੋ ਗਿਆ? ਉਹ ਤੇ ਰੰਨੀ ਗਏ ਨੀ ਕਿ ਹੀ ਉਹਨਾਂ ਅਸਲੋਂ। ਅੱਛਾ ਕੱਲੀ ਨਹੀਂ ਪਾਲਿਆ ਤੂੰ? ਬੜੇ ਵਕਤ ਪਤਾ ਮੈਨੂੰ ਮਾਂ, ਅਸੀਂ ਸਮਝਦੇ ਹਾਂ ਤੁਹਾਡੇ ਵਕਤਾਂ ਨੂੰ, ਬੜੇ ਔਖੇ ਪਾਲਿਆ ਤੁਸੀਂ ਪੁੱਤ। ਮਾਂ ਨਿੰਦਰ ਕੌਰ ਕਹਿੰਦੀ ਦਿਹਾੜੀਆਂ ਕਰ ਕਰ ਪਾਲਿਆ, ਬੜੇ ਔਖੇ ਪਾਲਿਆ, ਬੜੇ ਵਕਤਾਂ ਨਾਲ ਪਾਲਿਆ ਇਹ ਪੁੱਤ। ਅੱਜ ਇੱਕ ਸੱਟ ਲੱਗਣ ਨਾਲ ਬਿੱਕਰ ਸਿੰਘ ਮੰਜੇ ਤੇ ਪਿਆ, ਇਲਾਜ ਤੋਂ ਬਿਨਾਂ ਗਲ ਰਿਹਾ, ਗਲ ਸੱਟ ਲੱਗੀ ਆ। ਇਹ ਕਰਮਾਂ ਦੀ ਲੱਗਦੀ ਆ ਸੱਟਾਂ, ਆਮ ਜ਼ਿੰਦਗੀ ਤੁਰੇ ਫਿਰਦੇ ਆ, ਗੱਡੀਆਂ ਦੇ ਐਕਸੀਡੈਂਟ ਹੋਏ ਨੇ, ਸੱਟਾਂ ਲੱਗ ਜਾਂਦੀਆਂ, ਜਾਂ ਤੁਰੇ ਫਿਰਦੇ ਨੇ ਕਿਤੇ ਡੱਗ ਪਿਆ, ਠੋਕਰ ਲੱਗੀ, ਸੱਟ ਲੱਗ ਗਈ। ਪਰ ਜਿਹੜੀ ਆਹ ਦੁੱਖ ਭੋਗ ਰਿਹਾ ਵੀਰ, ਇਹ ਕਰਮਾਂ ਦਾ ਨਹੀਂ, ਇਹ ਸਾਡੀ ਨਲਾਇਕੀ ਆ, ਸਾਡੇ ਸਮਾਜ ਦੀ, ਸਾਡੇ ਸਿਸਟਮ ਦੀ, ਸਾਡੇ ਅੱਜ ਦੀ
उस हेल्थ प्रणाली की सेहत प्रणाली की एक बहुत वड्डी नलायकी है। अज जे सरकारी हस्पतालों एक चंगा इलाज मिलता हो गरीबनी माँ भी आपके पुत नूं लिजा के उत्थे बह जाती घरे पिया ना करता बिकर सिंह यह भी लिजा के उत्थे आपके पुत नूं दाखिल करा लैंदी पट्टियां करवाउंदी। अज चूले दियां हड्डियां बाहर निकलियां हुई जदों लत्त हिलदी आ चूले की हड्डी ऐ बाहर सारी नंगी हुई हुई है पिछों मास दियां किन्नियां लेयरां हुंदियां उपर चमड़ी सारी ही लै गई क्योंकि स्पाइनल कॉर्ड टुटन तो बाद थल्लड़े वाला हिस्सा डेड हो गया। हस्पतालों जाने की गुंजाइश नहीं सी। तुसीं देखो त्रासदी देखो साडी इस मां तो आपके पुत की एम आर आई भी नहीं करा हुई जिन्हें डिकलेयर हो सके भी स्पाइनल कॉर्ड आ जिहड़ी हड्डी आ जिहड़ी उह कित्थों टुटी आ किन्ने भागां 'च टुटी आ उहदा इक्को ही तरीका वा उहदी एम आर आई होणी सी। ओ एम आर आई 7-8 हज़ार दी है गरीबनी तो उही नहीं करा हुई हजे तिकर 3 महीने हो गए 3 महीने हो गए बिकर सिंह दा सट लगी नूं मिस्त्री दे नाल काम करदा बंसां दी पैड़ तो थले जा डिग गया सी घर पाउंदे सी किसे दे जिहदे घर पाउंदे सी ओह इस तों भी ज़्यादा गरीब सी बेचारा ਉਹ ਇਹ ਤੋਂ ਵੀ ਮਾੜਾ ਮਾਤੜ ਸੀ ਵਿਚਾਰਾ ਉਹ ਇਹਦੇ ਲਈ ਕੀ ਕਰਦਾ ਪਰ ਫਿਰ ਵੀ ਉਹਨੇ ਔਖਾ ਸੌਖਾ ਕਰਕੇ ਜਿੰਨਾ ਕੁ ਸੋਗਾ ਸੀਗਾ ਇਹਨੂੰ ਮਦਦ ਦਿੱਤੀ ਮਾੜੀ ਮੋਟੀ। ਪਰ ਗੁਰਧਿਆਨ ਸਿੰਘ ਹੁਣਾਂ ਦੀ ਟੀਮ ਨੇ ਵੀਰ ਹੁਣਾਂ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਜਿਹਨੂੰ ਬਿੱਕਰ ਸਿੰਘ ਨੂੰ ਇੱਥੇ ਲੈ ਕੇ ਆਏ ਨੇ ਵੀਰ ਕਿਉਂਕਿ ਗੁਰਧਿਆਨ ਹੁਣਾਂ ਦਾ ਪਿੰਡ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸ਼ਕੂਰ ਪਿੰਡ ਆ ਇਹ ਫਿਰੋਜ਼ਪੁਰ ਦੇ ਇੱਧਰਲੇ ਪਾਸੇ ਆ ਇਹਨਾਂ ਦਾ ਪਿੰਡ ਬਿੱਕਰ ਸਿੰਘ ਦਾ ਫਿਰੋਜ਼ਪੁਰ ਦੇ ਦੂਸਰੇ ਪਾਸੇ ਆ ਪੀਰੂ ਵਾਲਾ ਪਿੰਡ। ਤੇ ਆ ਨਿੱਕੀ ਜਿਹੀ ਬੱਚੀ ਜੈਸਮੀਨ ਦੇਖੋ ਦੁੱਖ ਦੀ ਘੜੀ ਆਈ ਆ ਬਿੱਕਰ ਸਿੰਘ ਦੀ ਸੱਟ ਲੱਗ ਗਈ ਆ ਇਹਦੀ ਧਰਮ ਪਤਨੀ ਅਸੀਂ ਤਾਂ ਉਹਨੂੰ ਭੈਣ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਭੈਣ ਮੇਰੀ ਇਹ ਤੇਰਾ ਜੀਵਨ ਸਾਥੀ ਆ ਵਕਤ ਦੇ ਸਮੇਂ ਛੱਡੀ ਜਾ ਨਹੀਂ ਹੁੰਦਾ ਵਕਤ ਦੇ ਸਮੇਂ ਡਟ ਕੇ ਸਾਥ ਦੇਈਦਾ ਇਹ ਸਮਾਂ ਨਿਕਲ ਜੂਗਾ ਇਹ ਸਮਾਂ ਵੀ ਨਿਕਲ ਜੂਗਾ ਪਰ ਤੂੰ ਐਂ ਨਾ ਨਿੱਕੀ ਜਿਹੀ ਬੱਚੀ ਵੱਲ ਦੇਖ ਆਪਣੀ ਵੱਲ ਏਦਾਂ ਛੱਡਣਾ ਇਹਦੇ ਨਾਲ ਆ ਕੇ ਖੜ ਤੇ ਇਹ ਵਾਹਿਗੁਰੂ ਕਿਰਪਾ ਕਰਨ ਵੀਰ ਬਿੱਕਰ ਸਿੰਘ ਸਾਡਾ ਠੀਕ ਹੋ ਸਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਤੁਸੀਂ ਵੀ ਸਾਰੇ ਅਰਦਾਸ ਕਰੀਏ। ਇਹ ਬੜੀ ਸਾਡੇ ਅੱਜ ਦੁੱਖ ਦੀ ਗੱਲ ਆ ਵੀ ਅਸੀਂ ਚਾਰੇ ਪਾਸਿਓਂ ਘਿਰ ਗਏ ਹਾਂ ਜਦੋਂ ਕੋਈ ਸਾਡੇ 'ਤੇ ਵਕਤ ਪੈਂਦਾ ਆਪਣੇ ਪਹਿਲਾਂ ਛੱਡ ਕੇ ਭੱਜ ਜਾਂਦੇ ਆ ਪਰਿਵਾਰ ਪਹਿਲਾਂ ਹੁੰਦਾ ਪਰਿਵਾਰ ਵੀ ਨਹੀਂ ਫਿਰ ਸਮਾਜ ਪਹਿਲਾਂ ਹੁੰਦਾ ਸਮਾਜ ਵੀ ਨਹੀਂ ਫਿਰ ਸਰਕਾਰ ਆ ਸਰਕਾਰ ਵੀ ਨਹੀਂ ਸਿਸਟਮ ਵੀ ਨਹੀਂ ਫਿਰ ਕਿੱਥੇ ਜਾਵੇ ਬੰਦਾ ਫਿਰ ਆ ਬਿੱਕਰ ਸਿੰਘ ਵਾਲੇ ਜਿਹੜੇ ਹਾਲਾਤ ਹੋਏ ਆ ਨਾ ਫਿਰ ਐਡੇ ਐਡੇ ਜ਼ਖਮ ਹੋ ਜਾਂਦੇ ਕੀੜਿਆਂ ਤੋਂ ਖਾਣ ਵਾਲੇ ਹਾਲਾਤ ਹੋ ਗਏ ਆ ਵੀਰ ਅਤੇ ਆ ਨਿੱਕੀ ਜਿਹੀ ਬੱਚੀ ਆਪਣੇ ਡੈਡੀ ਦੇ ਜ਼ਖਮਾਂ 'ਤੇ ਪੱਟੀਆਂ ਕਰਦੀ ਆ ਜਿੱਡੀ ਇਹ ਬੱਚੀ ਆ ਐਡਾ ਤਾਂ ਜ਼ਖਮ ਆ ਉਹਦੇ ਪਿੱਛੇ ਕਿਵੇਂ ਨਿੱਕੇ ਨਿੱਕੇ ਹੱਥਾਂ ਨਾਲ ਇਹ ਨੰਨੇ ਮੁੰਨੇ ਹੱਥਾਂ ਨਾਲ ਇਹ ਬੱਚੀ ਆਪਣੀ ਉਰੇ ਆ ਜਾਓ ਮਾਂ ਇੱਥੇ ਬਹਿ ਜਾਓ ਆ ਜਾਓ ਕੁਰਸੀ ਲੈ ਲਓ ਬਹਿ ਜਾਓ ਮਾਂ ਕਿਵੇਂ ਇਹ ਦਾਦੀ ਪੋਤੀ ਜਿਹੜੀ ਮਾਂ ਨਿੰਦਰ ਕੌਰ ਨੇ ਲੋਕਾਂ ਦੇ ਖੇਤਾਂ 'ਚ ਜਾ ਕੇ ਸਿੱਟੇ ਚੌਕ ਚੌਕ ਕੇ ਵੱਟਾਂ ਤੋਂ ਘਾਹ ਖੋਦ ਖੋਦ ਕੇ ਦਿਹਾੜੀਆਂ ਲਾ ਲਾ ਕੇ ਪੁੱਤ ਪਾਲ ਲਏ ਦੋ ਪੁੱਤ ਪਾਲ ਲਏ ਇੱਕ ਧੀ ਪਾਲ ਲਈ ਵਿਆਹ ਧੀ ਤਿੰਨੇ ਵਿਆਹ 'ਤੇ ਧੀ ਆਪਦੇ ਘਰ ਵੱਸਦੀ ਹੈ ਰੰਗੀ ਦੂਜਾ ਪੁੱਤ ਵੀ ਆਪਦੇ ਘਰ ਵੱਸਦਾ ਪਰ ਜਦੋਂ ਇਹੋ ਜਿਹਾ ਸਮਾਂ ਆਉਂਦਾ ਇੱਥੇ ਭਰਾ ਭਰਾ ਵੀ ਨਹੀਂ ਖੜਦੇ ਸਾਥ ਨਹੀਂ ਦਿੰਦੇ ਅਤੇ ਦੇ ਵੀ ਦੇਵੇ ਤਾਂ ਕੀ ਦੇ ਦੂਗਾ ਉਹ ਵੀ ਦਿਹਾੜੀ ਜਾਂਦਾ ਐਡੀ ਦੁੱਖ ਦੀ ਗੱਲ ਆ ਸਾਡਾ ਸਮਾਜ ਐਡਾ ਵੱਡਾ ਪਿੰਡ ਹੁੰਦਾ ਹੁਣ ਗੱਲ ਕਰੀਏ ਜੇ ਇਹਨਾਂ ਦੇ ਨਗਰ ਦੀ ਗੱਲ ਕਰੀਏ ਉਸ ਪਿੰਡ ਦੇ ਵਿੱਚ ਕਿੰਨੇ ਘਰ ਹੋਣਗੇ ਜਿਹੜੇ ਕੈਨੇਡਾ ਅਮਰੀਕਾ ਗਏ ਹੋਣਗੇ ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਐਨ ਆਰ ਆਈ ਭੈਣ ਭਰਾਵਾਂ ਨੂੰ ਅਸੀਂ ਕਿਸੇ 'ਤੇ ਕੋਈ ਉਹ ਨਹੀਂ ਕਰ ਰਹੇ ਕੋਈ ਅਸੀਂ ਕਟਾਸ਼ ਕਰ ਰਹੇ ਕੋਈ ਗੱਲ ਕਹਿ ਰਹੇ ਪਰ ਪੰਜਾਬ ਦੇ ਉੱਤੇ ਜਦੋਂ ਵੀ ਕੋਈ ਸਮੱਸਿਆ ਆਈ ਆ ਪੰਜਾਬ ਦੀ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਐਨ ਆਰ ਆਈ ਵਿਦੇਸ਼ੀ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਭੈਣ ਭਰਾ ਉਹ ਸਾਥ ਦਿੰਦੇ ਆ ਲੋਕਾਂ ਦਾ ਚਾਹੇ ਉਹ ਕਰੋਨਾ ਦਾ ਟਾਈਮ ਰਿਹਾ ਚਾਹੇ ਸੰਘਰਸ਼ ਦਾ ਰਿਹਾ ਚਾਹੇ ਪਹਿਲਾਂ ਜਿੱਥੇ ਵੀ ਕਿਤੇ ਕੋਈ ਦਿੱਕਤ ਆਈ ਆ ਹੁਣ ਵੀ ਪੰਜਾਬ 'ਚ ਜੇ ਕੋਈ ਬਿਮਾਰ ਠਮਾਰ ਹੁੰਦਾ ਪਿੰਡਾਂ 'ਚ ਸਾਡੇ ਐਨ ਆਰ ਆਈ ਵੀਰ ਭਰਾ ਪਹਿਲਾਂ ਮਦਦ ਕਰਦੇ ਮੂਹਰੇ ਹੋ ਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਭਰਾਵੋ ਆਪੋ ਆਪਣੇ ਪਿੰਡਾਂ ਨੂੰ ਜ਼ਰੂਰ ਸੰਭਾਲੋ
ਇਹ ਪਿੰਡਾਂ 'ਚ ਹੀ ਆਉਂਦੇ ਨੇ ਲੋਕ। ਹੁਣ ਆਹ ਪੀਰੂ ਵਾਲਾ ਦੇਖੋ, ਇੱਥੋਂ 150 ਕਿਲੋਮੀਟਰ ਦੂਰ ਤੋਂ ਵੀਰ ਇੱਥੇ ਪਹੁੰਚਿਆ ਵਿਚਾਰਾ ਅੱਜ, ਅਤੇ 3 ਮਹੀਨੇ ਹੋ ਗਏ ਇਹਨੂੰ ਘਰੇ ਪਏ ਨੂੰ, ਗਲੀ ਜਾਂਦਾ ਪਿਆ, ਅਤੇ ਨਿੱਕੀ ਜਿਹੀ ਬੱਚੀ ਪੱਟੀ ਕਰਦੀ ਆਪਣੇ ਡੈਡੀ ਦੇ। ਅਤੇ ਉਸ ਪਿੰਡ ਦੇ ਵਿੱਚ ਜਿਹੜੇ ਭੈਣ ਭਰਾ ਬਾਹਰ ਗਏ ਆ, ਅਤੇ ਜੇ ਉਹ ਇਸ ਵੀਰ ਦੀ ਬਾਂਹ ਫੜ ਲੈਂਦੇ, ਪੈਸੇ ਦੇਣਾ ਬਿਲਕੁਲ ਗੁਨਾਹ ਵਾ, ਅਸੀਂ ਵੀ ਮੰਨਦੇ ਪੈਸੇ ਨਾ ਦਿਓ, ਇਲਾਜ ਤਾਂ ਕਰਵਾਈ ਸਕਦੇ ਸੀ ਪਿੰਡ ਦੇ ਕਿਸੇ ਚੰਗੇ ਡਾਕਟਰ, ਪਿੰਡਾਂ 'ਚ ਡਾਕਟਰ ਬੈਠੇ ਆ ਬਥੇਰੇ ਵਧੀਆ, ਉਹਨਾਂ ਦੀ ਕਿਸੇ ਦੀ ਡਿਊਟੀ ਲਾਉਣ ਦੇ, ਭਾਈ ਪੱਟੀਆਂ ਕਰਨੀਆਂ, ਕੋਈ MRI ਕਰਾਉਣ ਦੇ, ਪਤਾ ਲੱਗ ਜਾਂਦਾ ਵੀ ਵਾਕਈ ਸਪਾਈਨਲ ਕੋਰਡ ਟੁੱਟ ਗਈ ਆ ਜਾਂ ਹਜੇ ਗੁੰਜਾਇਸ਼ ਹੈਗੀ ਆ ਕੋਈ ਮਾੜੀ ਮੋਟੀ। ਸ਼ਾਇਦ ਅੱਜ ਤੋਂ 3 ਮਹੀਨੇ ਪਹਿਲਾਂ ਜੇ ਇਹਦੀ ਉਦੋਂ ਦੀ MRI ਹੋਈ ਹੁੰਦੀ, ਜੇ ਕੋਈ ਮਾੜੇ ਮੋਟੇ ਚਾਂਸ ਸੀਗੇ, ਕੋਈ ਹੱਲ ਹੋ ਸਕਦਾ ਸੀ ਆਪਰੇਸ਼ਨ ਹੋ ਕੇ, 3 ਮਹੀਨਿਆਂ 'ਚ ਤਾਂ ਉਹ ਗਲ ਗਿਆ ਸਾਰਾ ਕੁਛ। ਤੁਸੀਂ ਵੀਡੀਓ ਰਾਹੀਂ ਦੇਖ ਰਹੇ ਹੋ ਘਰ ਦੇ ਹਾਲਾਤ ਕਿੱਦਾਂ ਦੇ ਆ, ਕਿੰਨੇ ਮਾੜੇ ਹਾਲਾਤ, ਨਿੱਕੇ ਜਿਹੇ ਕਮਰੇ ਦੇ ਵਿੱਚ ਇਹ ਤਿੰਨੋਂ ਦਾਦੀ ਪੋਤੀ ਅਤੇ ਇਹ ਵੀਰ ਬਿਕਰ ਸਿੰਘ ਬੈਠੇ ਆ। ਨਿੱਕੇ ਨਿੱਕੇ ਹੁੰਦੇ ਸੀ ਜਦੋਂ ਬਾਪ ਸਿਰ ਤੋਂ ਚਲਾ ਗਿਆ, ਇਸ ਮਾਂ ਨੇ ਪਾਲੇ ਆ ਵਿਚਾਰੀ ਨੇ, ਔਖੀ ਸੌਖੀ ਨੇ। ਹੁਣ 35-40 ਸਾਲਾਂ ਦਾ ਹੋ ਗਿਆ ਬਿਕਰ ਸਿੰਘ, ਹੁਣ ਫਿਰ ਇਹੀ ਮਾਂ ਪਾਲਦੀ ਆ ਵਿਚਾਰੀ, ਇਹੀ ਉਹਦੀ ਲੈਟਰਿਨ ਸਾਫ਼ ਕਰਦੀ ਆ, ਇਹੀ ਉਹਦਾ ਬਾਥਰੂਮ ਸਾਫ਼ ਕਰਦੀ ਆ ਵਿਚਾਰੀ, ਇਹੀ ਪੱਟੀਆਂ ਕਰਵਾਉਂਦੀ ਆ, ਨਾਲ ਲੱਗ ਕੇ ਦਾਦੀ ਪੋਤੀ ਲੱਗੀਆਂ ਰਹਿੰਦੀਆਂ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਲੋਕਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਬਸ ਸਾਡੀ ਬੇਨਤੀ ਹੈ ਜੀ, ਅਰਦਾਸ ਕਰਿਓ ਵੀਰ ਬਿਕਰ ਸਿੰਘ, ਜਿੰਨੀ ਵੀ ਅਸੀਂ ਇਹਦੀ ਵੀਰ ਦੀ ਮਦਦ ਕਰ ਸਕੀਏ ਸੱਚੇ ਪਾਤਸ਼ਾਹ ਮਿਹਰ ਕਰਨ, ਇਹਦੇ ਪਹਿਲਾਂ ਤਾਂ ਜ਼ਖਮ ਠੀਕ ਹੋ ਜਾਣ ਅਤੇ ਮਹਾਰਾਜ ਸਾਨੂੰ ਹਿੰਮਤ ਬਖਸ਼ੇ। ਨਸੀਨੀਆਂ ਕੀ ਸਾਡੀਆਂ ਬੇਨਤੀਆਂ, ਇੱਕ ਵਾਰ ਫਿਰ ਤੋਂ ਇਹੀ ਬੇਨਤੀ ਆ, ਆਪੋ ਆਪਣੇ ਪਿੰਡਾਂ ਵੱਲ ਝਾਤ ਮਾਰੋ, ਸਾਡੀਆਂ ਸੰਸਥਾਵਾਂ ਨੂੰ ਸੇਵਾ ਦੇਣ ਦੀ ਬਜਾਏ ਤੁਸੀਂ ਆਪਣੇ ਪਿੰਡਾਂ 'ਚ ਲੋਕਾਂ ਦੀ ਮਦਦ ਕਰੋ ਬਾਈ। ਅਸੀਂ ਤਾਂ ਕਹਿੰਦੇ ਸਾਡੀਆਂ ਸੰਸਥਾਵਾਂ ਬੰਦ ਹੋ ਜਾਣ, ਲੋੜ ਹੀ ਨਾ ਪਵੇ ਸਾਡੀ ਇਸ ਤਰ੍ਹਾਂ ਸੰਸਥਾ ਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਦੀ, ਕਦੇ ਇਹ ਲੋਕ ਆਪੋ ਆਪਣੇ ਪਿੰਡਾਂ 'ਚ ਆਪੋ ਆਪਣੇ ਘਰਾਂ 'ਚ ਸੁਖੀ ਵਸਣ। ਹੁਣ ਜੇ ਇਹੀ ਪਿੰਡ ਦੇ 4 ਬੰਦੇ ਇਕੱਠੇ ਹੋ ਕੇ NRI ਭੈਣ ਭਰਾ ਸਾਡੇ ਨਾਲ ਸੰਪਰਕ ਕਰ ਲੈਂਦੇ ਵੀ ਸਾਡੇ ਪਿੰਡ ਮਰੀਜ਼ ਆ, ਅਸੀਂ ਸਾਰਾ ਟ੍ਰੀਟਮੈਂਟ ਕਰਾਉਣ ਨੂੰ ਤਿਆਰ ਹਾਂ, ਆਪਾਂ ਕੋਈ ਚੰਗਾ ਡਾਕਟਰ ਰਿਕਮੈਂਡ ਕਰ ਦਿਉ, ਅਸੀਂ ਇੱਥੇ ਜਿੱਥੋਂ ਅਸੀਂ ਟ੍ਰੀਟਮੈਂਟ ਕਰਾਉਂਦੇ ਹਾਂ ਉੱਥੇ ਆਪਾਂ ਦਾਖਲ ਕਰਾਉਂਦੇ, ਜਿਹੜਾ ਸਾਨੂੰ ਡਿਸਕਾਊਂਟ ਮਿਲਦਾ ਆਪਾਂ ਉਹ ਵੀ ਦਵਾ ਦਿੰਦੇ, ਨਾਲ ਵਲੰਟੀਅਰ ਲਈ ਹੈਲਪ ਵੀ ਦਿੰਦੇ, ਕੋਈ ਬਲੱਡ ਦੀ ਲੋੜ ਪੈਂਦੀ ਉਹ ਵੀ ਦਿੰਦੇ। ਨਾਲੇ ਪਿੰਡ ਦੀ ਉਹ ਹੋਣੀ ਸੀ ਵੀ ਚੱਲ ਵੀ ਪਿੰਡਿਆਂ ਨੇ ਆਪਦੇ ਪਿੰਡ ਦੇ ਬੰਦੇ ਦੀ ਮਦਦ ਕੀਤੀ ਆ, ਪਰ ਇੱਥੇ ਅੱਜ ਵੀਰੇ ਹੁਣੀ ਗਏ, ਉੱਥੇ ਗੁਰਧਿਆਨ ਹੁਣੀ 50 ਕਿਲੋਮੀਟਰ ਦੂਰ ਇਹ ਚੱਲ ਕੇ ਉੱਥੇ ਗਏ ਅਤੇ 150 ਕਿਲੋਮੀਟਰ ਉੱਥੋਂ ਚੱਕ ਕੇ ਇੱਥੇ ਲੈ ਕੇ ਆਏ ਇਹਨੂੰ ਬਾਈ ਨੂੰ। ਇਹ ਸਾਨੂੰ ਆਲੇ ਦੁਆਲੇ ਆਪਦੇ ਦੇਖਣਾ ਪੈਣਾ, ਦੀਵੇ ਥੱਲੇ ਹਨੇਰਾ ਹੁੰਦਾ, ਪਰ ਸਾਨੂੰ ਅੱਜ ਇਹ ਦੇਖ ਕੇ ਉਹ ਦੀਵੇ ਦੇ ਥੱਲੇ ਵੀ ਚਾਨਣ ਕਰਨ ਦੀ ਲੋੜ। ਤਾਂ ਹੀ ਆ ਜੈਸਮੀਨ ਵਰਗੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਅਹਿਸਾਸ ਹੋਊਗਾ ਵੀ ਅਸੀਂ ਇੱਥੇ ਹੀ ਰਹਿਣਾ, ਅਸੀਂ ਕਿਤੇ ਹੋਰ ਨਹੀਂ ਜਾਣਾ ਬਾਹਰ। ਇੱਥੇ ਜਿਹੜਾ ਡਰ ਅਤੇ ਸਹਿਮ ਦਾ ਮਾਹੌਲ ਆ, ਉਹ ਇਹਨਾਂ ਹਾਲਾਤਾਂ ਨੂੰ ਦੇਖ ਕੇ ਸਾਡੇ ਬੱਚਿਆਂ ਦੇ ਮਨਾਂ 'ਚ ਪੈਦਾ ਹੋ ਰਿਹਾ। ਇਨਸਕਿਉਰਿਟੀ ਆ ਜਿਹੜੀ, ਉਹ ਆਹ ਚੀਜ਼ਾਂ ਨੂੰ ਦੇਖ ਕੇ ਹੀ ਪੈਦਾ ਹੁੰਦੀ ਹੈ ਮਨਾਂ 'ਚ। ਬਾਕੀ ਗੁਰਧਿਆਨ ਸਿੰਘ ਜੀ, ਕਿਵੇਂ ਸੀ ਹਾਲਾਤ ਉੱਥੇ ਪਿੰਡ ਦਿਆਂ ਨੇ, ਕੋਈ ਇਹਨਾਂ ਦੀ ਮਦਦ ਮੁਦਦ ਕੀਤੀ ਕੋਈ ਪਹਿਲਾਂ? ਇੱਕ ਪਰਿਵਾਰ ਆ ਜੀ, ਉਹ ਵੀ ਆਪਾਂ ਨੂੰ ਕੱਲ ਪਰਸੋਂ ਤੋਂ ਫੋਨ ਕਰ ਰਹੇ ਸੀ, ਇਹਨਾਂ ਨੇ ਆਪਾਂ ਵੀਡੀਓ ਭੇਜੀ ਸੀ, ਸਾਰਿਆਂ ਨੂੰ ਹੋਣਾ। ਬਸ ਇਹ ਸਿਸਟਮ ਨੂੰ ਬਦਲਣਾ ਪੈਣਾ। ਸਾਡੇ ਵੱਡ ਵਡੇਰੇ ਸੀ ਨਾ ਜਿਹੜੇ ਦਾਦੇ ਪੜਦਾਦੇ ਸੀ ਸਾਡੇ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਵੀ ਮੇਰਾ ਪੜਦਾਦਾ ਐਂ ਹੁੰਦਾ ਸੀ, ਮੇਰਾ ਦਾਦਾ ਐਂ ਹੁੰਦਾ ਸੀ, ਬੜਾ ਤਕੜਾ ਸੀ ਬਾਈ, ਉਹਨਾਂ ਦੇ ਦਿਲ ਵੀ ਬੜੇ ਤਕੜੇ ਹੁੰਦੇ ਸੀ, ਉਹ ਗਰੀਬ ਅਤੇ ਗਊ ਦੀ ਰੱਖਿਆ ਲਈ ਜਾਨਾਂ ਤੱਕ ਦੇ ਦਿੰਦੇ ਸੀ, ਉਹ ਪਿੰਡ ਦੇ ਧੀ ਪੁੱਤ ਦੇ ਸਿਰ 'ਤੇ ਹੱਥ ਰੱਖਦੇ ਸੀ, ਐਂ ਨਹੀਂ ਸੀ ਛੱਡ ਦਿੰਦੇ। ਸਾਨੂੰ ਉਹਨਾਂ ਵਰਗੇ ਹੋਣ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਧਿਆਨ ਸਿੰਘ ਜੀ, ਤੁਹਾਡਾ ਬੰਦੀ ਵੀਰੇ, ਤੇਰਾ ਬਹੁਤ ਧੰਨਵਾਦ ਵੀਰੇ, ਥੈਂਕ ਯੂ।